ਸਾਰੇ ਪੰਜਾਬੀਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਭਗਤ ਸਿੰਘ। ਅੱਜ ਮੈਂ ਤੁਹਾਨੂੰ ਛੋਟਾ ਜਿਹਾ ਸੁਨੇਹਾ ਦੇਣਾ ਚਾਹਾਂਗਾ। ਭਗਤ ਸਿੰਘ ਨੇ ਦੇਸ਼ ਨੂੰ ਬਚਾਉਣ ਲਈ ਬੰਦੂਕਾਂ ਬੀਜਣ ਨੂੰ ਕਿਹਾ, ਪਰ ਅੱਜ ਲੋੜ ਹੈ ਵਾਤਾਵਰਨ ਨੂੰ ਬਚਾਉਣ ਦੀ, ਰੁੱਖ ਬੀਜੋ। ਆਪਾਂ ਕੋਸਟਲੀ ਚੀਜ਼ਾਂ ਦਾ ਧਿਆਨ ਰੱਖਦੇ ਹਾਂ, ਜਿਵੇਂ ਫੋਨ, ਲੈਪਟੋਪਸ, ਆਈਪੈਡਸ, ਫੋਨਸ। ਆਪਾਂ ਪੇੜ ਪੌਦਿਆਂ ਦਾ ਧਿਆਨ ਨਹੀਂ ਰੱਖਦੇ। ਅਗਰ ਅੱਜ ਪੇੜ ਪੌਦੇ ਨਾ ਹੁੰਦੇ ਨਾ, ਆਪਾਂ ਇੱਥੇ ਨਾ ਹੁੰਦੇ। ਚੀਜ਼ਾਂ ਤਾਂ ਬਾਅਦ 'ਚ ਵੀ ਮਿਲਦੀਆਂ ਰਹਿਣੀਆਂ ਨੇ, ਇਸ ਲਈ ਫੋਨ, ਆਈਪੈਡਸ, ਲੈਪਟੋਪਸ ਨੂੰ ਭੁੱਲ ਕੇ ਇਹ ਵਾਤਾਵਰਨ ਨੂੰ ਬਚਾਓ। 14 ਮਾਰਚ ਨੂੰ ਸ਼੍ਰੀ ਗੁਰੂ ਹਰਿਰਾਏ ਜੀ ਦੇ ਗੁਰਗੱਦੀ ਦਿਵਸ ਵਿੱਚ ਰੁੱਖ ਲਗਾਉਣਾ ਨਾ ਭੁੱਲਿਓ। ਰੁੱਖ ਲਗਾਓ ਅਤੇ ਪਾਣੀ ਬਚਾਓ। ਹੈਪੀ ਸਿੱਖ ਐਨਵਾਇਰਮੈਂਟ ਡੇ।